ਲੀਡਰ ਹੁੰਦਾ ਜਿਹੜਾ ਪਿੱਛੇ ਤੁਰਨ ਵਾਲਿਆਂ ਨੂੰ ਭਰੋਸਾ ਜਗਾ ਦੇ। ਇਹੀ ਭਰੋਸਾ ਲੈ ਕੇ ਰਾਜਨੀਤੀ 'ਚ ਆਇਆ ਸੀ, ਇਹੀ ਭਰੋਸਾ ਲੈ ਕੇ ਰਾਜਨੀਤੀ ਤੋਂ ਜਾਊਂਗਾ, ਇਹੀ ਮੇਰੇ ਪਿਓ ਦੀ ਮੰਗ ਸੀ। ਇੱਥੇ ਤਾਂ ਜਣਾ ਖਣਾ ਐਰਾ ਗੈਰਾ ਨੱਥੂ ਖੈਰਾ ਆਪਦੀ ਉਹ ਪਾਰਟੀ ਬਣਾ ਕੇ ਬੋਲਣ ਲੱਗ ਜਾਂਦਾ। ਕੋਈ ਨਿੰਦਾ ਕਰੇ ਮੈਂ ਉਹਦੀ ਲੰਮੀ ਉਮਰ ਦੀ ਦੁਆ ਕਰੂੰ, ਲੇਕਿਨ ਕੋਈ ਪੰਜਾਬ ਦੇ ਖਿਲਾਫ ਖੜਾ ਹੋ ਠੋਕ ਦੂੰ। ਲੀਡਰ ਹੁੰਦਾ ਜਿਹੜਾ ਪਿੱਛੇ ਤੁਰਨ ਵਾਲਿਆਂ ਨੂੰ ਭਰੋਸਾ ਜਗਾ ਦੇ, ਸਮਝ ਨਹੀਂ, ਇਸ ਭਰੋਸੇ ਨੂੰ ਟੁੱਟਣ ਨਹੀਂ ਦੇਣਾ। ਇਹੀ ਭਰੋਸਾ ਲੈ ਕੇ ਰਾਜਨੀਤੀ 'ਚ ਆਇਆ ਸੀ, ਇਹੀ ਭਰੋਸਾ ਲੈ ਕੇ ਰਾਜਨੀਤੀ ਤੋਂ ਜਾਊਂਗਾ, ਇਹੀ ਮੇਰੇ ਪਿਓ ਦੀ ਮੰਗ ਸੀ। ਜਿਉਂਦਾ ਜਾਗਦਾ ਇਮਾਨ ਲੈ ਕੇ ਵਾਪਸ ਜਾਊਂਗਾ। ਵੈਲਕਮ ਕਰਦਾ ਅੱਜ ਜਾਧਵ ਸਾਹਿਬ, ਬੜੇ ਹੀ ਸੂਝਵਾਨ ਨੇ, ਬੜੇ ਪਿਆਰ ਨਾਲ ਗੱਲ ਸੁਣੀ ਹੈ, ਅਸੀਂ ਆਪਣਾ ਪੱਖ ਰੱਖਦੇ ਹਾਂ। ਇੱਥੇ ਤਾਂ ਜਣਾ ਖਣਾ ਐਰਾ ਗੈਰਾ ਨੱਥੂ ਖੈਰਾ ਆਪਦੀ ਉਹ ਪਾਰਟੀ ਬਣਾ ਕੇ ਬੋਲਣ ਲੱਗ ਜਾਂਦਾ। ਕਦੇ ਇੱਕ ਵਰਕਰ ਦੇ ਖਿਲਾਫ਼ ਵੀ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਨਹੀਂ ਗਈ, ਕਿਸੇ ਵਰਕਰ ਦੇ ਖਿਲਾਫ਼ ਵੀ। ਇਹ ਸਾਰੇ ਮੇਰੇ ਆਪਣੇ ਨੇ। ਕੋਈ ਨਿੰਦਾ ਕਰੇ ਮੈਂ ਉਹਦੀ ਲੰਮੀ ਉਮਰ ਦੀ ਦੁਆ ਕਰੂੰ, ਲੇਕਿਨ ਕੋਈ ਪੰਜਾਬ ਦੇ ਖਿਲਾਫ਼ ਖੜਾ ਹੋ ਠੋਕ ਦੂੰ। ਇਹ ਲੜਾਈ ਕਿਸੇ ਨਿੱਜੀ ਬੰਦੇ ਦੇ ਨਾਲ ਨਹੀਂ, ਇਹ ਲੜਾਈ ਪੋਲਸੀਆਂ ਦੀ ਹੈ, ਪੰਜਾਬ ਦੇ ਉੱਥਾਨ ਦੀ ਹੈ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਅਲਖ ਜਗਾਉਣ ਦੀ ਹੈ ਅਤੇ ਗੁਰੂਆਂ ਪੀਰਾਂ ਪੈਗੰਬਰਾਂ ਦੇ ਫਲਸਫੇ ਦੇ ਨਾਲ ਜੋੜਨ ਦੀ ਹੈ। ਇਹ ਜਿਹੜਾ ਸਿਸਟਮ ਦੇ ਗੁਲਾਮ ਹੋ ਗਏ ਲੋਕ ਕਿ ਜੀ ਮੈਂ ਫਲਾਨੇ ਨਾਲ ਗਰੁੱਪਾਂ 'ਚ, ਗਰੁੱਪਾਂ ਨੇ ਨਹੀਂ ਲੋਕਾਂ ਦੀਆਂ ਵੋਟਾਂ ਪਾਉਣੀਆਂ। ਮੇਰਾ ਕੋਈ ਗਰੁੱਪ ਨਹੀਂ ਮਿੱਤਰ ਪਿਆਰੇ, ਮੇਰਾ ਤਾਂ ਇੱਕੋ ਹੀ ਗਰੁੱਪ ਹੈ, 3 ਕਰੋੜ ਪੰਜਾਬੀ ਜਿਹੜਾ ਇੱਥੇ ਵੱਸਦਾ, 2 ਕਰੋੜ ਜਿਹੜਾ ਬਾਹਰ ਵੱਸਦਾ, ਉਹਦੇ ਲਈ ਲੜੂ। ਮੈਂ ਕਿਹਾ ਕਿਸੇ ਨੂੰ ਕੁਛ ਇਤਰਾਜ਼ ਹੋਵੇ, ਮੈਨੂੰ ਤਾਂ ਕਿਸੇ ਤੋਂ ਕੋਈ ਇਤਰਾਜ਼ ਨਹੀਂ। ਮੈਂ ਤਾਂ ਕਦੇ ਕਿਸੇ ਨੂੰ ਨਹੀਂ ਰੋਕਿਆ ਵੀ ਭਾਈ ਫਲਾਨੀ ਥਾਂ 'ਤੇ ਨਾ ਜਾ। ਮੈਂ ਤਾਂ ਇਹ ਕਿਹਾ ਜੇ 100 ਇਕੱਠਾ ਹੁੰਦਾ ਉੱਥੇ ਵੀ ਜਾਓ। ਕਾਂਗਰਸ ਦੀ ਆਈਡੀਓਲੋਜੀ, ਕਾਂਗਰਸ ਦੀ ਆਈਡੀਓਲੋਜੀ ਕੀ ਹੈ? ਅਨੇਕਤਾ 'ਚ ਏਕਤਾ। ਭਾਸ਼ਾ ਅੱਡ ਹੋ ਸਕਦੀ ਹੈ, ਖਾਣ ਪੀਣ ਅੱਡ ਹੋ ਸਕਦਾ ਹੈ, ਕਲਚਰ ਅੱਡ ਹੋ ਸਕਦਾ, ਪਰ ਅਸੀਂ ਸਾਰੇ ਇੱਕ ਹਾਂ, ਪਰਿਵਾਰ ਦੀ ਏਕਤਾ ਦੇ ਵਿੱਚ ਸਿਰਜੇ ਹੋਏ ਹਾਂ। ਇਹੀ ਰਾਹੁਲ ਜੀ ਕਹਿੰਦੇ ਆ, ਇਸ ਏਕਤਾ ਨੂੰ ਟੁੱਟਣ ਨਹੀਂ ਦੇਣਾ। ਜੇ ਕੋਈ ਹੋਰ ਤੋੜਦਾ ਸਵਾਰੀ ਆਪਣੇ ਸਮਾਨ ਦੀ, ਆਪ ਜ਼ਿੰਮੇਵਾਰ। ਲੀਡਰ ਹੁੰਦਾ ਜਿਹੜਾ ਪਿੱਛੇ ਤੁਰਨ ਵਾਲਿਆਂ ਨੂੰ ਭਰੋਸਾ ਜਗਾ ਦੇ। ਇਹੀ ਭਰੋਸਾ ਲੈ ਕੇ ਰਾਜਨੀਤੀ 'ਚ ਆਇਆ ਸੀ, ਇਹੀ ਭਰੋਸਾ ਲੈ ਕੇ ਰਾਜਨੀਤੀ ਤੋਂ ਜਾਊਂਗਾ, ਇਹੀ ਮੇਰੇ ਪਿਓ ਦੀ ਮੰਗ ਸੀ। ਇੱਥੇ ਤਾਂ ਜਣਾ ਖਣਾ ਐਰਾ ਗੈਰਾ ਨੱਥੂ ਖੈਰਾ ਆਪਦੀ ਉਹ ਪਾਰਟੀ ਬਣਾ ਕੇ ਬੋਲਣ ਲੱਗ ਜਾਂਦਾ। ਕੋਈ ਨਿੰਦਾ ਕਰੇ ਮੈਂ ਉਹਦੀ ਲੰਮੀ ਉਮਰ ਦੀ ਦੁਆ ਕਰੂੰ, ਲੇਕਿਨ ਕੋਈ ਪੰਜਾਬ ਦੇ ਖਿਲਾਫ਼ ਖੜਾ ਹੋ ਠੋਕ ਦੂੰ। ਲੀਡਰ ਹੁੰਦਾ ਜਿਹੜਾ ਪਿੱਛੇ ਤੁਰਨ ਵਾਲਿਆਂ ਨੂੰ ਭਰੋਸਾ ਜਗਾ ਦੇ, ਸਮਝ ਨਹੀਂ, ਇਸ ਭਰੋਸੇ ਨੂੰ ਟੁੱਟਣ ਨਹੀਂ ਦੇਣਾ। ਇਹੀ ਭਰੋਸਾ ਲੈ ਕੇ ਰਾਜਨੀਤੀ 'ਚ ਆਇਆ ਸੀ, ਇਹੀ ਭਰੋਸਾ ਲੈ ਕੇ ਰਾਜਨੀਤੀ ਤੋਂ ਜਾਊਂਗਾ, ਇਹੀ ਮੇਰੇ ਪਿਓ ਦੀ ਮੰਗ ਸੀ। ਜਿਉਂਦਾ ਜਾਗਦਾ ਇਮਾਨ ਲੈ ਕੇ ਵਾਪਸ ਜਾਊਂਗਾ। ਵੈਲਕਮ ਕਰਦਾ ਅੱਜ ਜਾਧਵ ਸਾਹਿਬ, ਬੜੇ ਹੀ ਸੂਝਵਾਨ ਨੇ, ਬੜੇ ਪਿਆਰ ਨਾਲ ਗੱਲ ਸੁਣੀ ਹੈ, ਅਸੀਂ ਆਪਣਾ ਪੱਖ ਰੱਖਦੇ ਹਾਂ। ਇੱਥੇ ਤਾਂ ਜਣਾ ਖਣਾ ਐਰਾ ਗੈਰਾ ਨੱਥੂ ਖੈਰਾ ਆਪਦੀ ਉਹ ਪਾਰਟੀ ਬਣਾ ਕੇ ਬੋਲਣ ਲੱਗ ਜਾਂਦਾ। ਕਦੇ ਇੱਕ ਵਰਕਰ ਦੇ ਖਿਲਾਫ਼ ਵੀ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਨਹੀਂ ਗਈ, ਕਿਸੇ ਵਰਕਰ ਦੇ ਖਿਲਾਫ਼ ਵੀ। ਇਹ ਸਾਰੇ ਮੇਰੇ ਆਪਣੇ ਨੇ। ਕੋਈ ਨਿੰਦਾ ਕਰੇ ਮੈਂ ਉਹਦੀ ਲੰਮੀ ਉਮਰ ਦੀ ਦੁਆ ਕਰੂੰ, ਲੇਕਿਨ ਕੋਈ ਪੰਜਾਬ ਦੇ ਖਿਲਾਫ਼ ਖੜਾ ਹੋ ਠੋਕ ਦੂੰ। ਇਹ ਲੜਾਈ ਕਿਸੇ ਨਿੱਜੀ ਬੰਦੇ ਦੇ ਨਾਲ ਨਹੀਂ, ਇਹ ਲੜਾਈ ਪੋਲਸੀਆਂ ਦੀ ਹੈ, ਪੰਜਾਬ ਦੇ ਉੱਥਾਨ ਦੀ ਹੈ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਅਲਖ ਜਗਾਉਣ ਦੀ ਹੈ ਅਤੇ ਗੁਰੂਆਂ ਪੀਰਾਂ ਪੈਗੰਬਰਾਂ ਦੇ ਫਲਸਫੇ ਦੇ ਨਾਲ ਜੋੜਨ ਦੀ ਹੈ। ਇਹ ਜਿਹੜਾ ਸਿਸਟਮ ਦੇ ਗੁਲਾਮ ਹੋ ਗਏ ਲੋਕ ਕਿ ਜੀ ਮੈਂ ਫਲਾਨੇ ਨਾਲ ਗਰੁੱਪਾਂ 'ਚ, ਗਰੁੱਪਾਂ ਨੇ ਨਹੀਂ ਲੋਕਾਂ ਦੀਆਂ ਵੋਟਾਂ ਪਾਉਣੀਆਂ। ਮੇਰਾ ਕੋਈ ਗਰੁੱਪ ਨਹੀਂ ਮਿੱਤਰ ਪਿਆਰੇ, ਮੇਰਾ ਤਾਂ ਇੱਕੋ ਹੀ ਗਰੁੱਪ ਹੈ,
3 ਕਰੋੜ ਪੰਜਾਬੀ ਜਿਹੜਾ ਇੱਥੇ ਵੱਸਦਾ, 2 ਕਰੋੜ ਜਿਹੜਾ ਬਾਹਰ ਵੱਸਦਾ, ਉਹਦੇ ਲਈ ਲੜੂ। ਮੈਂ ਕਿਹਾ ਕਿਸੇ ਨੂੰ ਕੁਛ ਇਤਰਾਜ਼ ਹੋਵੇ, ਮੈਨੂੰ ਤਾਂ ਕਿਸੇ ਤੋਂ ਕੋਈ ਇਤਰਾਜ਼ ਨਹੀਂ। ਮੈਂ ਤਾਂ ਕਦੇ ਕਿਸੇ ਨੂੰ ਨਹੀਂ ਰੋਕਿਆ ਵੀ ਭਾਈ ਫਲਾਨੀ ਥਾਂ 'ਤੇ ਨਾ ਜਾ। ਮੈਂ ਤਾਂ ਇਹ ਕਿਹਾ ਜੇ 100 ਇਕੱਠਾ ਹੁੰਦਾ ਉੱਥੇ ਵੀ ਜਾਓ। ਕਾਂਗਰਸ ਦੀ ਆਈਡੀਓਲੋਜੀ, ਕਾਂਗਰਸ ਦੀ ਆਈਡੀਓਲੋਜੀ ਕੀ ਹੈ? ਅਨੇਕਤਾ 'ਚ ਏਕਤਾ। ਭਾਸ਼ਾ ਅੱਡ ਹੋ ਸਕਦੀ ਹੈ, ਖਾਣ ਪੀਣ ਅੱਡ ਹੋ ਸਕਦਾ, ਕਲਚਰ ਅੱਡ ਹੋ ਸਕਦਾ, ਪਰ ਅਸੀਂ ਸਾਰੇ ਇੱਕ ਹਾਂ, ਪਰਿਵਾਰ ਦੀ ਏਕਤਾ ਦੇ ਵਿੱਚ ਸਿਰਜੇ ਹੋਏ ਹਾਂ। ਇਹੀ ਰਾਹੁਲ ਜੀ ਕਹਿੰਦੇ ਆ, ਇਸ ਏਕਤਾ ਨੂੰ ਟੁੱਟਣ ਨਹੀਂ ਦੇਣਾ। ਜੇ ਕੋਈ ਹੋਰ ਤੋੜਦਾ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ।